ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਵਿੱਚ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ। ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਕਾਨੂੰਵਾਲ ਰੋਡ ਤੇ ਬਣੇ ਫਾਟਕ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ 1 ਵਜੇ ਦੇ ਕਰੀਬ ਇਸ ਧਰਨੇ ਤੇ ਬੈਠੇ, ਜਿਸ ਨਾਲ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਕਿਸਾਨਾਂ ਨੇ ਅੰਮ੍ਰਿਤਸਰ ਜੰਮੂ ਰੇਲਵੇ ਟਰੈਕ ਤੇ ਇਹ ਧਰਨਾ ਲਗਾਇਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਰਹੀਆਂ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਪੰਜਾਬ ਦੀ ਗੰਨਾ ਮਿਲਾਂ ਦੀ ਪਿਛਲੇ 3 ਸਾਲਾਂ ਦੀ ਕਰੀਬ 600 ਕਰੋੜ ਰੁਪਇਆ ਬਕਾਇਆ ਰਾਸ਼ੀ ਰਹਿੰਦੀ ਹੈ। ਇਸ ਤੋਂ ਇਲਾਵਾ ਪਿਛਲੇ ਸਾਲਾਂ ਵਿੱਚ ਖਰਾਬ ਹੋਈ ਫਸਲਾਂ ਦਾ ਮੁਆਵਜ਼ਾ ਵੀ ਨਹੀਂ ਮਿਲਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੇ ਗੰਨੇ ਦੀ ਬਕਾਇਆ ਰਾਸ਼ੀ ਨਹੀਂ ਮਿਲਦੀ, ਉਦੋਂ ਤੱਕ ਸਾਡਾ ਇਹ ਧਰਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ। ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਹ ਧਰਨਾ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਅੱਜ ਅਸੀਂ ਤੁਸੀਂ ਵੇਖ ਰਹੇ ਹੋ ਅੰਮ੍ਰਿਤਸਰ ਜੰਮੂ ਰੇਲ ਮਾਰਗ ਜਾਮ ਕਰਕੇ ਬੈਠੇ ਹਾਂ। ਪਹਿਲੀ ਗੱਲ ਤਾਂ ਰੇਲ ਜਾਮ ਕਰਨਾ ਸਾਡਾ ਅਣਖ ਦਾ ਸਵਾਲ ਨਹੀਂ ਗਾ। ਸਾਨੂੰ 3 ਦਿਨ ਹੋ ਗਏ DC ਗੁਰਦਾਸਪੁਰ ਬੈਠੇ ਹਾਂ। ਪ੍ਰਸ਼ਾਸਨ ਜ਼ਿਲ੍ਹੇ ਦੇ ਪੰਜਾਬ ਦੀ ਸਰਕਾਰ ਨੇ ਨਹੀਂ ਸਮਝਿਆ ਵੀ ਸਾਡੇ ਨਾਲ ਬਹਿ ਕੇ ਇਹ ਮਸਲਿਆਂ ਦਾ ਹੱਲ ਕਰੇ। ਅਸੀਂ ਜਿਹੜਾ ਇਹ ਕਦਮ ਚੁੱਕਿਆ ਮਜਬੂਰੀ 'ਚ ਚੁੱਕਿਆ, ਲੋਕਾਂ ਨੂੰ ਇਹਦੇ ਨਾਲ ਖੱਜਲ ਖਰਾਬੀ ਹੋ ਸਕਦੀ ਉਹਦਾ ਸਾਨੂੰ ਖੇਦ ਆ। ਇਹਦੇ ਲਈ ਸਰਕਾਰ ਜ਼ਿੰਮੇਵਾਰ, ਅਸੀਂ ਜ਼ਿੰਮੇਵਾਰ ਨਹੀਂ। ਪਹਿਲੀ ਸਾਡੀ ਮੰਗ ਆ ਵੀ ਗੰਨੇ ਦਾ ਰਹਿੰਦਾ ਬਕਾਇਆ 400 ਕਰੋੜ ਰੁਪਇਆ ਪੰਜਾਬ 'ਚ ਆ, ਗੁਰਦਾਸਪੁਰ ਦੇ ਵਿੱਚ 70 ਕਰੋੜ ਰੁਪਇਆ ਕੀੜੀ ਮਲ ਦਾ ਖਲੋਤਾ, ਉਹ ਦਿੱਤਾ ਜਾਵੇ। ਸਾਡੇ ਬਣਦੇ ਪੈਸੇ ਇਹਨਾਂ ਨੇ ਕੁਛ ਆਪਣੇ ਕੋਲੋਂ ਦੇਣਾ ਨਹੀਂ ਹੈਗਾ। ਦੂਸਰਾ ਹੈਗਾ ਵੀ ਜਿਹੜੀ ਗੁਰਦਾਸਪੁਰ ਦੀਆਂ ਮਿੱਲਾਂ ਵਾਂ ਉਹਨਾਂ ਦੀ ਜਿਹੜੀ ਪਿੜਾਈ ਦੀ ਸ਼ਮਤਾ ਉਹ ਵਧਾਈ ਜਾਵੇ। ਤੀਸਰਾ, ਗੁਰਦਾਸਪੁਰ ਦੇ ਇਲਾਕੇ 'ਚ ਬੇਮੌਸਮੀ ਬਾਰਿਸ਼ ਨਾਲ ਐਤਕੀ ਤੋਂ ਪਿਛਲੀ ਕਣਕ ਮਾਰੀ ਗਈ ਸੀ, ਉਹਦਾ ਮੁਆਵਜ਼ਾ ਹਾਲੇ ਤੱਕ ਨਹੀਂ ਦਿੱਤਾ ਗਿਆ। 12,000 ਦੇਣਾ ਉਹ ਵੀ ਨਹੀਂ ਦਿੱਤਾ ਗਿਆ। ਸੋ ਇਹਨਾਂ ਮੰਗਾਂ 'ਤੇ ਬਹੁਤ ਵਾਰੀ DC ਸਾਹਿਬਾਨ ਨੇ ਪਿਛਲਿਆਂ ਨੇ ਵਾਅਦੇ ਕੀਤੇ, ਲਾਗੂ ਨਹੀਂ ਕੀਤੇ। ਇਹਦੇ ਨਾਲ ਜਿਹੜੀ ਮੋਦੀ ਸਰਕਾਰ ਆ ਉਹਦਾ ਜਿਹੜਾ ਲਾਗਤਾਂ ਦਾ ਖਰੀਦ ਮੁੱਲ ਤੈਅ ਕਰਨ ਵਾਲਾ ਕਮਿਸ਼ਨ ਆ, ਚੇਅਰਪਰਸਨ ਆ, ਉਹਨੇ ਕਹਿ ਦਿੱਤਾ ਵੀ ਤੁਸੀਂ ਖੇਤੀ ਮੰਡੀ 'ਤੇ ਖਰੀਦ ਕਰਦੇ ਮੁੜ ਵਿਚਾਰ ਕਰੋ। ਸੋ ਸਰਕਾਰ ਝੋਨੇ ਅਤੇ ਕਣਕ ਦੀ ਖਰੀਦ ਨੂੰ ਬੰਦ ਕਰਕੇ ਨਿੱਜੀ ਹੱਥਾਂ 'ਚ ਮੰਡੀ ਦੇਣ ਨੂੰ ਤਿਆਰ ਹੋ ਰਹੀ ਆ। ਅਸੀਂ ਕਹਿੰਦੇ ਉਹਨੂੰ ਵਾਪਸ ਲਿਆ ਜਾਏ। ਇਹਦੇ ਨਾਲ ਬਿਜਲੀ ਸਮਝੌਤੇ ਪਿਛਲੀ ਸਰਕਾਰ ਨੇ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਆ, ਜਿਹਦੇ ਨਾਲ ਬਿਜਲੀ ਬਹੁਤ ਮਹਿੰਗੀ ਮਿਲ ਰਹੀ ਆ। ਸੋ ਸਾਡੀ ਮੰਗ ਆ ਵੀ ਉਹ ਬਿਜਲੀ ਸਸਤੀ ਦਿੱਤੀ ਜਾਵੇ। ਅੱਜ ਸਾਡੀ ਮੰਗ ਆ ਵੀ ਜਿਹੜੇ ਸਾਡੇ ਨਾਲ ਮੰਗ ਪੱਤਰ ਆ ਉਹਨੂੰ ਸਮਝਿਆ ਜਾਵੇ। ਜਿਹੜਾ ਤੁਸੀਂ ਸਵਾਲ ਕਰੇ ਵੀ ਕਦੋਂ ਤੱਕ ਰੇਲ ਟਰੈਕ ਵੇਲਾ ਹੋਊ, ਇਹ ਤਾਂ ਤੁਹਾਡਾ ਸਵਾਲ DC ਸਭਾ ਨੂੰ ਚਾਹੀਦਾ ਵੀ ਜਿੱਦਾਂ ਤੱਕ ਉਹ ਮਸਲੇ ਹੱਲ ਨਹੀਂ ਕਰਦੇ ਇਹ ਰੇਲ ਟਰੈਕ 19 ਤਰੀਕ ਤੱਕ ਜਾਮ ਰਹੂਗਾ। ਕਿਉਂਕਿ ਸਾਡਾ ਰੇਲ ਟਰੈਕ ਜਾਮ ਕਰਨ ਅਣਖ ਦਾ ਸਵਾਲ ਨਹੀਂ, ਹੁਣ ਮਸਲਾ ਹੱਲ ਕਰ ਦੇਣ, ਹੁਣ ਰੇਲ ਟਰੈਕ ਕਰਨ ਛੱਡਣ ਨੂੰ ਆਪਾਂ ਤਿਆਰ ਹੈਗੇ। ਰੇਲ ਪਰਸੋਂ ਦਾ DC ਦਫ਼ਤਰ ਧਰਨਾ ਲਾਇਆ ਸੀ, ਉੱਥੇ ਸਾਡੀ ਮੰਗ ਇਹ ਵੀ ਇੱਕ ਤਾਂ ਇੱਥੇ ਸੇਮ ਦੀ ਜ਼ਿਆਦਾ ਮੁਸ਼ਕਲ ਆ, ਜਿਹੜੀ ਸੇਮ ਆ ਉਹਦੇ ਨਾਲ ਫਸਲਾਂ ਤਬਾਹ ਹੋ ਰਹੀਆਂ। ਉਹ ਸੇਮ ਜਿਹੜੀ ਆ ਉਹਦਾ ਜਿਹੜਾ ਵਾ ਸੇਮ ਨਾਲੇ ਚਾਲੂ ਕਰਕੇ ਜਿਹੜੀਆਂ ਫਸਲਾਂ ਖਰਾਬ ਹੋਈਆਂ ਵਾ ਉਹਨਾਂ ਨੂੰ ਜਿਹੜਾ ਵਾ ਗਿਰਦਾਵਰੀ ਕਰਕੇ ਅਤੇ ਉਹਨਾਂ ਦੇ ਮੁਆਵਜ਼ੇ ਦਿੱਤੇ ਜਾਣ। ਦੂਸਰਾ ਜਿਹੜਾ ਵਾ ਵੀ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਆ ਉਹ ਸੁਣਵਾਈ ਨਹੀਂ ਕਰ ਰਿਹਾ ਕਿਸੇ ਦੀ ਵੀ, ਕੋਈ ਕੰਮ ਨਹੀਂ ਕਰ ਰਿਹਾ। ਬਹੁਤ ਮੁਸ਼ਕਲਾਂ DC ਆਫਿਸ, SSP ਆਫਿਸ, ਥੱਲੜੇ ਮਹਿਕਮੇ ਦੀਆਂ ਜਿਹੜੀਆਂ ਆ ਰਹੀਆਂ ਵਾ ਕਿਸਾਨਾਂ ਮਜ਼ਦੂਰਾਂ। ਅੱਜ ਲਗਾਤਾਰ ਪਰਸੋਂ ਤੋਂ ਧਰਨਾ ਲੱਗਾ ਵਾ, ਉੱਥੇ ਕੋਈ ਸੁਣਵਾਈ ਨਹੀਂ ਹੋਈ। ਫਿਰ ਆਖਰ ਖੀਰ ਦੀ ਬਾਕੀ ਜਿਹੜਾ ਰੇਲ ਟਰੈਕ ਤੇ ਆਣ ਕੇ ਜਿਹੜਾ ਆਪਣੀ ਸੁਣਵਾਈ ਕਰਨ ਵਾਸਤੇ ਇੱਥੇ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਅੰਦੋਲਨ ਦਾ ਕੀ ਸਰਕਾਰ ਤੇ ਕੋਈ ਅਸਰ ਹੋਵੇਗਾ ਜਾਂ ਫਿਰ ਨਹੀਂ, ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ। ਮੈਂ ਆਪਣੇ ਇਹ ਮੋਢਿਆਂ ਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫਿਰ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ,
ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।